पंजाब सरकार वालों 2017 के चोणों दौरान किसानों नाल वादे किए गए सन उन्होंने कर्जियां नूं खत्म करने की भी गल आखी गई सी, जिस तों बाद हुण 5 साल के करीब का समा पंजाब सरकार नूं हो चुका है पर अजे तक किसानों के कर्ज माफ नहीं हुए हैं। दूसरे पासे लंबा समा दिल्ली के बॉर्डर से खेती कानूनों खिलाफ अंदोलन के दौरान जित हासिल करके पंजाब परते किसानों ने हुण पंजाब सरकार के खिलाफ भी मोर्चा खोल दिता है। अज पंजाब दे विच किसान मजदूर संघर्ष कमेटी के आगुओं वालों वक् वक् थावां ते रेलवे ट्रैक ते बैठ के पंजाब सरकार दे खिलाफ पक्का मोर्चा गढ़ दिता गया है। तस्वीरां फिरोजपुर ते अमृतसर दीआं हन जिथे कि किसान मजदूर संघर्ष कमेटी हुण अपनियां मंगां मनवाउण लई पक्के तौर ते रेलवे ट्रैक ते बैठ गई। अमृतसर च किसान आगू सरवन सिंह पंधेर ते फिरोजपुर दे विच किसान आगूआं ने पत्रकारां नाल गलबात करदिआं कहा है कि अज पंजाब सरकार दे खिलाफ उन्हां वल्लों संघर्ष विट दिता गया है, जिसके तहत ही फिरोजपुर अमृतसर ते तरन तारण दे विच रेलवे ट्रैक जाम कर दिए गए हैं, जिस करके कई रेलों नूं रद्द भी करना पिया है। उन्हें कहा कि हुण यह प्रदर्शन उदों तक जारी रहेगा जदों तक उन्हां दीआं मंगां नहीं मन्नियां जांदियां हन। ਤੁਸੀਂ ਜਾਮ ਕੀਤਾ, ਕੀ ਮੰਗਾਂ ਹੈਗੀਆਂ ਅਤੇ ਕੀ ਮੁਸ਼ਕਲ ਆਈ ਹੈ, ਦੁਬਾਰਾ ਫਿਰ ਤੁਹਾਨੂੰ ਰੇਲ ਟਰੈਕ ਜਾਮ ਕਰਨਾ ਪਿਆ? ਮੈਂ ਜਸਵੀਰ ਸਿੰਘ ਪਿੱਧੀ, ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅਸੀਂ ਜਿਹੜਾ ਇੱਕ 28 ਸਤੰਬਰ ਤੋਂ DC ਦਫ਼ਤਰਾਂ 'ਤੇ ਧਰਨਾ ਲਾਇਆ ਸੀਗਾ ਕਿ ਸਾਡੀਆਂ ਪੰਜਾਬ ਦੀਆਂ ਕੁਛ ਮੰਗਾਂ ਸੀ, ਪਹਿਲੀਆਂ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਆਹ ਜਿਹੜਾ ਕਿਸਾਨੀ ਅੰਦੋਲਨ ਡਰਾ ਰਹੇ ਉਹਦੇ ਵਿੱਚ ਬਹੁਤ ਲੇਟ ਸੀਗੀਆਂ ਅਤੇ ਉਦੋਂ ਅੰਦੋਲਨ ਲਾਇਆ ਅਤੇ ਉਦੋਂ ਸਰਕਾਰ ਦੇ ਨਾਲ ਸਾਡੀ ਡਿਪਟੀ CM ਸੁਖਜਿੰਦਰ ਸਿੰਘ ਜੀ ਰੰਧਾਵਾ ਉਹਨਾਂ ਨਾਲ ਮੀਟਿੰਗ ਹੋਈ ਸੀ। ਉਹਨਾਂ ਸਾਡੀਆਂ ਮੰਗਾਂ ਦੇ ਉੱਤੇ ਕੁਛ ਜਿਹੜਾ ਸੀਗਾ ਸਾਨੂੰ ਭਰੋਸਾ ਵੀ ਦਿੱਤਾ ਸੀਗਾ ਲਾਗੂ ਕਰਨ ਦੀ ਗੱਲ ਕਹੀ ਸੀ, ਜਿਸ ਦੇ ਵਿੱਚ ਅਸੀਂ ਸਾਡਾ 30 ਸਤੰਬਰ ਨੂੰ ਜਿਹੜਾ ਰੇਲ ਰੋਕੋ ਅੰਦੋਲਨ ਹੋਣਾ ਸੀਗਾ ਉਹ ਅਸੀਂ ਪੋਸਟਪੋਨ ਕਰਤਾ ਸੀਗਾ ਅਤੇ ਉਸ ਕਾਰਨ ਤੋਂ ਬਾਅਦ ਅਸੀਂ ਜਿਹੜਾ ਹੈਗਾ ਮੁੜ ਕੇ 13-14 ਦਸੰਬਰ ਦਾ ਇਹ ਰੇਲ ਰੋਕੋ ਰੱਖਿਆ ਸੀਗਾ, ਪਰ ਦਿੱਲੀ ਦਾ ਮੋਰਚਾ ਜਿਹੜਾ ਫਤਿਹ ਹੋਇਆ ਵਾ ਉਸ ਮੋਰਚੇ ਨੂੰ ਸਮੇਟਣ ਵਾਸਤੇ ਉਹਦਾ ਫਤਿਹ ਮਾਰਚ ਸਾਰਾ ਸ਼ੁਕਰਾਨਾ ਕਰਨਾ ਸੀ ਗੁਰਦੁਆਰਿਆਂ ਦੇ ਵਿੱਚ, ਅਤੇ ਇਸ ਕਰਕੇ ਅਸੀਂ ਇਹਨੂੰ ਫਿਰ ਪੋਸਟਪੋਨ ਕਰਕੇ 20 ਦਸੰਬਰ ਦਾ ਰੱਖਤਾ ਸੀਗਾ। ਇਸ ਮੋਰਚਾ 'ਚ ਜਿਹੜਾ ਸਾਡਾ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਮਾਝਾ, ਮਾਲਵਾ, ਦੁਆਬਾ ਸਾਰੀਆਂ ਜਗ੍ਹਾ 'ਤੇ ਮੋਰਚਾ ਜਿਹੜਾ ਅੱਜ ਸਾਡਾ ਲੱਗ ਚੁੱਕਾ ਰੇਲਵੇ ਦੇ। ਇਹੋ ਹੀ ਆ ਕਿ ਜਿਹੜੀਆਂ ਸਾਡੀਆਂ ਪਿਛਲੀਆਂ ਮੰਗਾਂ ਸੀ, ਜਿਸ ਤਰ੍ਹਾਂ ਸ਼ਹੀਦ ਪਰਿਵਾਰ ਸੀ ਸਾਡੇ ਪਿਛਲੇ 3, ਬਹਾਦਰ ਸਿੰਘ ਬਡਾਲਾ, ਸੁਰਜੀਤ ਸਿੰਘ ਛੀਨਾ ਅਤੇ ਜੋਗਿੰਦਰ ਸਿੰਘ ਬਤਾਲਾ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਪਿਛਲੇ ਸ਼ਹੀਦਾਂ ਨੂੰ ਸਾਡੀਆਂ ਨੌਕਰੀਆਂ ਦੀਆਂ ਸੀ ਉਸੇ ਪੈਟਰਨ 'ਤੇ ਉਹਨਾਂ ਨੂੰ ਨੌਕਰੀਆਂ ਦੇਣੀਆਂ ਸੀਗੀਆਂ, ਉਹ ਨਹੀਂ ਦਿੱਤੀਆਂ ਹੋਈਆਂ। ਜਿਹੜੇ ਇਸ ਅੰਦੋਲਨ ਦੇ ਵਿੱਚ ਕਿਸਾਨ ਸਾਡੇ ਸ਼ਹੀਦ ਹੋਇਆ ਉਹਨਾਂ ਨੂੰ ਕਈਆਂ ਨੂੰ ਮੁਆਵਜ਼ਾ ਮਿਲ ਗਿਆ, ਉਹਨਾਂ ਦੀਆਂ ਨੌਕਰੀਆਂ ਦੀ ਗੱਲ ਸੀਗੀ। ਇਸੇ ਤਰ੍ਹਾਂ ਜਿਹੜੀ ਮਾਝਾ ਬੈਲਟ ਦੇ ਵਿੱਚ ਬਾਸਪਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਬੇਮੌਸਮੀ ਬਾਰਿਸ਼ ਕਾਰਨ, ਉਹਨਾਂ ਦਾ ਮੁਆਵਜ਼ਾ ਲੈਣਾ ਸੀਗਾ। ਇਸੇ ਤਰ੍ਹਾਂ ਅਜੇ ਜਿਹੜੀ ਗੁਲਾਬੀ ਸੁੰਡੀ ਦਾ ਮੁਆਵਜ਼ਾ ਵਾ ਜਿਹੜਾ ਮਾਲਵੇ ਦੇ ਵਿੱਚ ਉਹ ਵੀ ਅਜੇ ਪੂਰਾ ਨਹੀਂ ਦਿੱਤਾ ਗਿਆ, ਕਦੇ 12,000 ਕਦੇ 17,000 ਦੀ ਗੱਲ ਆਉਂਦੀ ਆ। ਅਤੇ ਨਾਲ ਬਾਦਕਾਰਾਂ ਦੇ ਜਿਹੜੇ ਮਾਲਕੀ ਹੱਕ ਸੀ ਜਿਹੜੇ ਬਾਦਲ ਸਰਕਾਰ ਦੇ ਟਾਈਮ 'ਤੇ ਉਹਨਾਂ ਨੇ ਦਿੱਤੇ ਸੀਗੇ, ਪਰ ਉਹ ਬਾਅਦ 'ਚ ਫਿਰ ਇਹਨਾਂ ਨੇ ਖੋਹ ਲਏ ਸੀਗੇ, ਖੋਹਣ ਤੋਂ ਬਾਅਦ ਇਹਨਾਂ ਦੀਆਂ ਗੁਰਦੌਰੀਆਂ ਵੀ ਤੋੜਤੀਆਂ ਸੀਗੀਆਂ। ਅਤੇ ਉਹ ਮਾਲਕੀ ਹੱਕ ਦਿਵਾਉਣ ਵਾਸਤੇ ਜਿਹੜਾ ਹੁਣ ਇਹਨਾਂ ਨੇ ਜਿਹੜੀ ਆ ਫੀਸ ਰੱਖੀ ਆ ਬਹੁਤ ਵੱਡੇ ਪੱਧਰ 'ਤੇ ਫੀਸ ਆ, ਉਹ ਨਹੀਂ ਲੋਕ ਤਾਰ ਸਕਦੇ ਕਿਉਂਕਿ ਇਹਨਾਂ ਨੇ ਫੀਸਾਂ ਪਹਿਲਾਂ ਤਾਰੀਆਂ ਸੀਗੀਆਂ, ਉਹਨਾਂ ਨੂੰ ਮਾਲਕੀ ਹੱਕ ਦੇਣ ਦੀ ਗੱਲ ਆ। ਅਤੇ ਨਾਲ ਜਿਹੜੇ ਚੋਣ ਵਾਅਦੇ ਆ ਜਿਹੜਾ ਇਸ ਕਾਂਗਰਸ ਸਰਕਾਰ ਨੇ ਸਹੁੰਆਂ ਖਾ ਕੇ ਜਿਹੜਾ ਲੋਕਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਦੀ ਗੱਲ ਕਹੀ ਸੀਗੀ ਵੀ ਅਸੀਂ ਸਾਰਾ ਕਿਸਾਨਾਂ ਮਜ਼ਦੂਰਾਂ ਦਾ ਬੈਂਕਾਂ ਦਾ ਜਿੰਨਾ ਵੀ ਸਾਰਾ ਆੜ੍ਹਤੀਆਂ ਦਾ ਕਰਜ਼ਾ ਵਾ ਸਾਰਾ ਮਾਫ਼ ਕਰਾਂਗੇ, ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ, ਬੇਰੁਜ਼ਗਾਰਾਂ ਨੂੰ ਪਤਾ ਦੇਣ ਦੀ ਗੱਲ ਕੀਤੀ, ਬੁਢਾਪਾ ਪੈਨਸ਼ਨਾਂ ਸਗਨ ਸਕੀਮਾਂ ਦੇਣ ਦੀ ਗੱਲ ਕੀਤੀ। ਉਹ ਸਾਰੇ ਚੋਣ ਵਹਿਦੇ ਅਜੇ ਉਸੇ ਤਰ੍ਹਾਂ ਦੇ ਹੀ ਆ। ਕੈਪਟਨ ਸਾਹਿਬ ਨੂੰ ਸਾਢੇ 4 ਸਾਲ ਤੋਂ ਬਾਅਦ ਥੱਲੇ ਲਾਤਾ, ਚੰਨੀ ਸਾਹਿਬ ਆ ਗਏ ਵਹਿਦੇ ਦੇ ਉੱਤੇ ਵਹਿਦਾ ਪਤਾ ਨਹੀਂ ਕਰੋੜਾਂ ਰੁਪਈਆ ਜਿਹੜਾ ਐਡਵਰਟਾਈਜਮੈਂਟ ਦੇ ਉੱਤੇ ਖਰਚਾ ਜਾ ਰਿਹਾ ਵਾ। ਉੱਧਰ ਸਿੱਧੂ ਦੀ ਚੰਨੀ ਦੀ ਲੜਾਈ ਹੋ ਰਹੀ, ਕਿੰਨੇ ਮੁੱਖ ਮੰਤਰੀ ਬਣਨਾ, ਕਿੰਨੇ ਕੁਛ ਕਰਨਾ, ਅਤੇ ਕਾਂਡੋ ਕਲੇਸ਼ ਬਣੀ ਆ। ਇਸ ਪਾਸੇ ਲੋਕਾਂ ਦੀਆਂ ਮੰਗਾਂ ਵੱਲ ਜਿਹੜਾ ਬਿਲਕੁਲ ਧਿਆਨ ਨਹੀਂ ਗਾ, ਇਸ ਕਰਕੇ ਅਸੀਂ ਜਿਹੜਾ ਸੀਗਾ ਅੱਜ ਲੈਣਾ ਦੇ ਉੱਤੇ ਆਏ ਹਾਂ। ਇਹਦੇ ਨਾਲ ਕਹਿਣਾ ਚਾਹੁੰਦੇ ਹਾਂ ਅਸੀਂ ਕਿ ਜਿਹੜਾ ਲੋਕਾਂ ਨੂੰ ਆਮ ਲੋਕਾਂ ਨੂੰ ਖੱਜਲ ਖਰਾਬੀ ਹੋਣੀ ਆ ਜਾਂ ਪਰੇਸ਼ਾਨੀ ਹੋਣੀ ਆ ਉਹਦੇ ਵਿੱਚ ਜਿਹੜੀ ਸਰਕਾਰ ਜ਼ਿੰਮੇਵਾਰ ਹੈ। ਅਸੀਂ ਦੇਵੀਦਾਸਪੁਰੇ ਖੜੇ ਹਾਂ, ਇੱਥੇ ਜਿਹੜੀ ਮੇਨ ਲਾਈਨ ਹੈਗੀ ਅੰਮ੍ਰਿਤਸਰ ਦਿੱਲੀ, ਇੱਥੋਂ ਜਾਮ ਹੋਊਗੀ ਅਤੇ ਤਰਨ ਤਾਰਨ ਵਿਖੇ ਤਰਨ ਤਾਰਨ ਸਟੇਸ਼ਨ ਜਿਹੜਾ ਵਾ ਉੱਥੇ ਜਾਮ ਲੱਗੂਗਾ। ਮੰਗਾਂ ਕੀ ਮੇਨ ਮੰਗਾਂ ਕੀ? ਦੇਖੋ, ਮੰਗਾਂ ਇੱਕ ਤਾਂ ਹੈਗਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ, ਜਿਹਦੇ 'ਤੇ ਸਰਕਾਰ ਨੇ ਇਲੈਕਸ਼ਨ ਲੜੀ ਸੀ, ਉਹਨਾਂ ਦਾ ਚੋਣ ਵਾਅਦਾ ਵਾ। 2.5 ਕਿੱਲੇ ਵਾਲੇ ਕਿਸਾਨ ਵੀ ਰਹਿ ਗਏ ਆ, 5 ਕਿੱਲੇ ਵਾਲੇ ਕਿਸਾਨਾਂ ਨੂੰ ਵੀ ਨਹੀਂ ਦਿੱਤਾ ਗਿਆ। ਤਾਂ ਬਾਕੀ ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਗੱਲ ਹੈਗੀ ਸੀਗੀ। ਦੂਸਰਾ ਹੈਗਾ ਵਾ ਨਸ਼ਾਬੰਦੀ, ਇੱਥੇ ਕੋਈ ਪੈਸਾ ਨਹੀਂ ਲੱਗਦਾ ਹੈਗਾ, ਜਵਾਨੀ ਬਰਬਾਦ ਹੋ ਰਹੀ ਆ, ਕੋਈ ਉਹਦੇ 'ਤੇ ਸਰਕਾਰ ਦਾ ਕਲੀਅਰ ਕੱਟ ਸਟੈਂਡ ਨਹੀਂ ਹੈਗਾ, ਨਾ ਜਵਾਨ ਰੋਜ਼ ਮਰ ਰਹੇ ਆ। ਬੇਰੁਜ਼ਗਾਰੀ ਬਹੁਤ ਵੱਡਾ ਵਿਸ਼ੂ ਆ, ਨੌਜਵਾਨ ਰੋਜ਼ ਕੁੱਟੇ ਜਾ ਰਹੇ ਆ। 36,000 ਕਹਿੰਦੇ ਆ ਨੌਕਰੀਆਂ ਦੇ ਦਿੱਤੀਆਂ, ਰੈਗੂਲਰ ਕਰਤੀਆਂ ਸੀ ਜੀ ਪੱਕੀਆਂ, ਸਾਨੂੰ ਤਾਂ ਨਹੀਂ ਲੱਗਦਾ ਕੋਈ ਕੀਤਾ ਹੈਗਾ ਵਾ ਇਹ ਮਸਲੇ। ਇਹਦੇ ਨਾਲ ਨਾਲ ਜਿਹੜੇ
दिल्ली के शहीद हुए आ जां पंजाब दे अंदोलन शहीद है उन्हां दे राजनीति तां कांग्रेस पार्टी करती है उन्हां दे नां ते वोटां तां कांग्रेस पार्टी लैणा चाहुंदी है पर अजे ताई मैनूं नहीं लगता को उन्होंने पूरी कंप्लीट साढ़े इत्थे इलाके च बहुत सारे जिलों के विच शहीद परिवार है जिन्हों ना तो नौकरियां दित्तियां गईं ना उन्होंने अजे तक मुआवजा पूरा मिलिया है। गल है जलंधर तो गांह साडे जंडियाले गुरु तक रेल ट्रैक वेला ही आ असीं रूट छड्डिया जिहड़ी मर्जी गड्डी लैवण मैनूं नहीं लगता को रोक टोक रखूगी जिन्नी मर्जी लैवण नाले लोगों ने जिहड़ी खाद पाणी एक हिस्से तक आ गया ये हुण तां रेल ट्रैक चल नहीं रहे सी पहलों तो जाण बुझ के उह चीज़ां नूं वगाड़िया जांदा वा रेल ट्रैक बहुत लंबे दूर तक खुले ने उत्थों गांह ढोई भी जा सकदे इहो जी कोई गल नहीं पक्के मोर्चे लगणगे हाँ पक्का मोर्चा शुरू हो रहा है। अमृतसर तो गुरप्रीत सिंह के नाल फिरोजपुर तो बॉबी खुराना की रिपोर्ट पंजाब टुडे।